ਸਸਰੀਕਾਲ ਦੋਸਤੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਨਿਊ ਹੋਲੈਂਡ 6500 ਟਰੈਕਟਰ ਹੈਗਾ ਜੀ ਬਕਾਊ। ਉਸ ਤੋਂ ਪਹਿਲਾਂ ਜੋ ਵੀ ਵੀਰ ਸਾਡੇ ਚੈਨਲ ਦੇ ਉੱਤੇ ਨਵੇਂ ਆ ਸਾਡੇ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਸਕੇ। ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਨਿਊ ਹੋਲੈਂਡ 6500 ਟਰੈਕਟਰ ਦੀ। ਇਹ ਟਰੈਕਟਰ ਹੈਗਾ ਜੀ ਬਕਾਊ। ਟਰੈਕਟਰ ਦੀ ਹਾਲਤ ਤੁਹਾਡੇ ਸਾਹਮਣੇ ਆ। ਟਰੈਕਟਰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਖੜ੍ਹਾ ਹੈਗਾ ਜੀ। ਟਰੈਕਟਰ ਦੇ ਜੋ ਮਗਰਲੇ ਟਾਇਰ ਨੇ 90 ਪੈਸੇ ਪਏ ਨੇ, ਦੇਖ ਸਕਦੇ ਹੋ ਤੁਸੀਂ। ਟਰੈਕਟਰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਆ ਜੀ। ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ, ਇਹ ਟਰੈਕਟਰ ਮੋਗਾ ਮੰਡੀ ਦੇ ਖੜ੍ਹਾ ਹੈਗਾ ਜੀ ਅਤੇ ਇਹ ਟਰੈਕਟਰ ਬਕਾਊ ਆ। ਇਹ ਜਿਨ੍ਹਾਂ ਦੇ ਵੀਰਾਂ ਕੋਲ ਤੁਹਾਨੂੰ ਦੋਸਤੋ ਇਹਦਾ ਮਾਡਲ ਦੱਸ ਦਈਏ, ਟਰੈਕਟਰ ਦਾ ਮਾਡਲ ਹੈਗਾ ਜੀ 2012। ਬਾਕੀ ਟਰੈਕਟਰ ਤੁਹਾਨੂੰ ਫਰੰਟ ਤੋਂ ਦਿਖਾ ਦਿੰਦੇ ਹਾਂ। ਬਾਕੀ ਅਸੀਂ ਜਿਹੜਾ ਵੀਰ ਇਹ ਟਰੈਕਟਰ ਨੂੰ ਲੈਣਾ ਚਾਹੁੰਦਾ, ਇਹਨਾਂ ਵੀਰਾਂ ਦਾ ਨੰਬਰ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗੇ, ਉੱਥੋਂ ਤੁਸੀਂ ਇਹਨਾਂ ਵੀਰਾਂ ਦਾ ਨੰਬਰ ਲੈ ਸਕਦੇ ਹੋ ਅਤੇ ਇਹਨਾਂ ਨਾਲ ਗੱਲਬਾਤ ਕਰਕੇ ਟਰੈਕਟਰ ਲਿਜਾ ਸਕਦੇ ਹੋ। ਅਤੇ ਟਰੈਕਟਰ ਜੀ ਡੰਡਾ ਡਰਾਵਲ ਸਮੇਤ ਆ। ਟਰੈਕਟਰ ਦੀ ਡਿਮਾਂਡ ਤੁਹਾਨੂੰ ਦੱਸ ਦਈਏ, ਟਰੈਕਟਰ ਦੀ ਡਿਮਾਂਡ ਇਹਨਾਂ ਵੀਰਾਂ ਨੇ ਰੱਖੀ ਆ ਜੀ 5,85,000 ਰੁਪਏ। ਬਾਕੀ ਮੌਕੇ 'ਤੇ ਘੱਟ ਵੱਧ ਹੋ ਜੂਗਾ। ਬਾਕੀ ਟਰੈਕਟਰ ਦੀ ਹਾਲਤ ਤੁਹਾਨੂੰ ਸਾਰੀ ਦਿਖਾ ਦਈ ਜੀ। ਇੱਕ ਵਾਰ ਫਿਰ ਤੁਹਾਨੂੰ 4 ਸਪਿਨੋਂ ਦਿਖਾ ਦਿੰਦੇ ਹਾਂ। ਬਾਕੀ ਟਰੈਕਟਰ ਡੰਡਾ ਡਰਾਵਲ ਸਮੇਤ ਆ ਜੀ, ਸਾਰਾ ਓਰੀਜਨਲ ਟਰੈਕਟਰ ਆ। ਟਰੈਕਟਰ ਦੇ ਫਰੰਟ ਟਾਇਰ ਨੇ ਜੋ 60 ਪੈਸੇ ਪਏ ਨੇ, ਬੈਕ ਟਾਇਰ ਤੁਹਾਨੂੰ ਤੁਸੀਂ ਦੱਸ ਦਿੱਤਾ ਵੀ 90 ਪੈਸੇ ਪਏ ਨੇ। ਜੇ ਕੋਈ ਕਿਸਾਨ ਵੀ ਟਰੈਕਟਰ ਲੈਣਾ ਚਾਹੁੰਦਾ ਹੈ ਤਾਂ ਇਹਨਾਂ ਵੀਰਾਂ ਦਾ ਨੰਬਰ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗੇ ਅਤੇ ਇੱਥੋਂ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਅਤੇ ਜੋ ਵੀਡੀਓ ਨੂੰ ਫਰੈਂਡ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।